ਸਤਿ ਸ਼੍ਰੀ ਅਕਾਲ ਜੀ, ਨਿੱਘਾ ਸਵਾਗਤ ਜੀ ਆਇਆਂ ਨੂੰ, ਉਹ ਸਾਰੇ ਦਰਸ਼ਕਾਂ ਦਾ ਜਿਹੜੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਨੇ, ਸਾਡੇ ਪ੍ਰੋਗਰਾਮ ਨੂੰ ਲਗਾਤਾਰ ਦੇਖਦੇ ਨੇ, ਆਪਣੇ ਸਵਾਲ ਆਪਣੇ ਸੁਝਾਅ ਸਾਡੇ ਤੱਕ ਭੇਜਦੇ ਨੇ। ਮੈਂ ਤੁਹਾਡਾ ਦੋਸਤ ਕੁਲਦੀਪ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਮੇਰੇ ਨਾਲ ਜਿਹੜੇ ਗੈਸਟ ਨੇ, ਜਿਹੜੇ ਮਹਿਮਾਨ ਨੇ ਅੱਜ, ਐਜੂਕੇਸ਼ਨ ਅਬਰੋਡ ਤੋਂ ਜਤਿੰਦਰ ਸਿੰਘ ਨੇ। ਗੱਲਬਾਤ ਕਰਾਂਗੇ ਆਸਟ੍ਰੇਲੀਆ ਦੀ, ਕੈਨੇਡਾ ਦੀ। ਤੁਸੀਂ ਕਿਸੇ ਵੀ ਕੰਟਰੀ ਦੇ ਸਟੂਡੈਂਟ ਵੀਜ਼ਾ ਸੰਬੰਧੀ ਜਾਣਨਾ ਚਾਹੁੰਦੇ ਹੋ, ਨਾਲ ਨਾਲ ਇਹਨਾਂ ਦਾ ਨੰਬਰ ਫਲੈਸ਼ ਕੀਤਾ ਜਾਏਗਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਜੁੜ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਸਟੂਡੈਂਟ ਵੀਜ਼ਾ ਸੰਬੰਧੀ ਲਈ ਜਾ ਸਕਦੀ। ਸੋ ਜਤਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਕੁਲਦੀਪ ਜੀ। ਜੀ, ਸੋ ਆਸਟ੍ਰੇਲੀਆ ਤੋਂ ਸ਼ੁਰੂ ਕਰਾਂਗੇ। ਅੱਜ ਕਾਫੀ ਵੱਡੇ ਪੱਧਰ 'ਤੇ ਆਸਟ੍ਰੇਲੀਆ ਦੀ ਐਡ ਕੀਤੀ ਜਾ ਰਹੀ ਹੈ ਜੀ, ਆਸਟ੍ਰੇਲੀਆ ਨੂੰ ਪ੍ਰਮੋਟ ਕੀਤਾ ਜਾ ਰਿਹਾ, ਪਰ ਬੱਚਾ ਕੀ ਚਾਹੁੰਦਾ ਇਸ ਬਾਰੇ ਸ਼ਾਇਦ ਰਿਸਰਚ ਨਹੀਂ ਕੀਤੀ ਜਾ ਰਹੀ। ਬੱਚੇ ਨੂੰ ਉਹ ਦਿੱਤਾ ਜਾ ਰਿਹਾ ਜੋ ਇੱਕ ਕੰਸਲਟੈਂਟ ਦੇਣਾ ਚਾਹੁੰਦਾ, ਚਾਹੇ ਉਹ ਪੈਕੇਜ ਦੇ ਨਾਮ ਉੱਤੇ ਹੈ ਜਾਂ ਬਿਨਾਂ ਆਇਲਸ ਦੇ ਨਾਮ 'ਤੇ ਬੱਚੇ ਨੂੰ ਬੁਲਾਇਆ ਜਾ ਰਿਹਾ, ਜਾਂ ਦੱਸਿਆ ਜਾ ਰਿਹਾ ਫੰਡਾਂ ਦੀ ਜ਼ਰੂਰਤ ਨਹੀਂ ਹੈਗੀ, ਹੋਰ ਵੀ ਕਈ ਰੂਪ ਜਿਹੜੇ ਐਡਵਰਟਾਈਜਮੈਂਟ 'ਤੇ ਦੇਖਣ ਨੂੰ ਮਿਲਦੇ ਨੇ, ਪਰ ਜਿਹੜਾ ਬੱਚਾ ਫਰਵਰੀ ਦੇ ਲਈ ਅਪਲਾਈ ਕਰਨਾ ਚਾਹੁੰਦਾ, ਉਹਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪਏਗਾ ਜਾਂ ਕਿਹੜਾ ਬੱਚਾ ਅਪਲਾਈ ਕਰ ਸਕਦਾ? ਸਭ ਤੋਂ ਪਹਿਲੀ ਗੱਲ ਤਾਂ ਬੱਚੇ ਨੂੰ ਇਹ ਧਿਆਨ 'ਚ ਰੱਖਣੀ ਪਏਗੀ ਕਿ ਫਰਵਰੀ ਟਾਈਮ ਜਿਹੜਾ ਉਹ ਬਹੁਤ ਜ਼ਿਆਦਾ ਘੱਟ ਹੈ ਬੱਚੇ ਕੋਲ, 5-4 ਦਿਨ ਹੀ ਆਪਾਂ ਕਹਿ ਸਕਦੇ ਹਾਂ ਬੱਚੇ ਕੋਲ ਹੈਗੇ ਨੇ ਫਰਵਰੀ ਇਨਟੇਕ ਅਪਲਾਈ ਕਰਨ ਦੇ। ਬੱਚੇ ਗੁੰਮਰਾਹ ਹੋ ਕੇ ਇਹਨਾਂ ਗੱਲਾਂ 'ਚ ਲਾਉਣ ਕਿ ਤੁਹਾਡਾ ਦਸੰਬਰ 'ਚ ਦੋ ਜਾਂ ਜਨਵਰੀ 'ਚ ਦੋ ਤਾਂ ਵੀ ਫਰਵਰੀ ਇਨਟੇਕ ਅਪਲਾਈ ਹੋਊਗਾ, ਤੁਹਾਡੇ ਕੋਲ ਗਿਣ ਕੇ 5 ਜਾਂ 7 ਦਿਨ ਨੇ ਸਿਰਫ ਫਰਵਰੀ ਇਨਟੇਕ 'ਚ ਅਪਲਾਈ ਕਰਨ ਲਈ। ਹਾਂ, ਪ੍ਰਾਈਵੇਟ ਕਾਲਜਸ ਜਿਹੜੇ ਨੇ COE ਜਲਦੀ ਇਸ਼ੂ ਕਰ ਰਹੇ ਨੇ ਜਿਹੜੇ, ਉਹਨਾਂ ਲਈ ਟਾਈਮ ਹੈਗਾ, ਬੱਚਾ ਦਸੰਬਰ ਜਾਂ ਜੈਨ 'ਚ ਵੀ ਅਪਲਾਈ ਕਰ ਸਕਦਾ। ਰਹੀ ਗੱਲ ਕੁਲਦੀਪ ਜੀ ਗੁੰਮਰਾਹ ਕਰਨ ਦੀ, ਬੱਚਿਆਂ ਨੂੰ ਪੈਕੇਜਸ ਦੇ ਲੈ ਕੇ ਅਤੇ ਜਿਹੜੇ ਦੂਜੇ ਤਰੀਕੇ ਕਹਿ ਰਹੇ ਨੇ ਕੰਸਲਟੈਂਟ ਕਿ ਕੋਈ 2 ਲੱਖ ਦਾ ਪੈਕੇਜ ਦੇ ਰਿਹਾ, ਕੋਈ 4 ਲੱਖ ਦਾ ਪੈਕੇਜ ਦੇ ਰਿਹਾ, ਜਾਂ ਕਿ ਵਿਦਆਊਟ ਆਇਲਸ ਆਸਟ੍ਰੇਲੀਆ ਨੂੰ ਪ੍ਰਮੋਟ ਕਰ ਰਹੇ ਨੇ। ਵਿਦਆਊਟ ਆਇਲਸ ਆਸਟ੍ਰੇਲੀਆ ਨੇ ਵੀਜ਼ਾ +2 ਪੜ੍ਹੇ ਬੱਚੇ ਲਈ ਨਾ ਕਦੇ ਦਿੱਤਾ ਸੀ, ਨਾ ਦਊਗਾ, ਅਤੇ ਨਾ ਕਦੇ ਪਹਿਲਾਂ ਕਦੇ ਵੀ ਸੁਣਿਆ ਨਹੀਂ ਸੀ, ਅਤੇ ਨਾ ਹੀ ਆ ਰਿਹਾ ਹੁਣ ਵੀ। ਹੋਇਆ ਕੀ ਹੈ ਕੁਲਦੀਪ ਜੀ, ਜਿਹੜੇ ਬੱਚੇ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੈ, ਏ ਸੈਕਸ਼ਨ ਦੀ ਯੂਨੀਵਰਸਿਟੀ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, 70 ਐਂਡ ਅਬਵ ਨੰਬਰ ਨੇ ਉਹਨਾਂ ਦੇ, ਉਹ ਬੱਚੇ ਜੇ ਅਪਲਾਈ ਕਰਦੇ ਨੇ ਵਧੀਆ ਯੂਨੀਵਰਸਿਟੀ ਦੇ ਵਿੱਚ, ਵਧੀਆ ਕਾਲਜਸ ਦੇ ਵਿੱਚ, ਟੇਫ ਕਾਲਜਸ ਦੇ ਵਿੱਚ ਜਾਂ ਜਿਹੜੀਆਂ ਗੌਰਮੈਂਟ ਯੂਨੀਵਰਸਿਟੀਜ਼ ਨੇ, ਉਹਨਾਂ 'ਚ ਬੱਚਾ ਜੇ ਅਪਲਾਈ ਕਰਦਾ, ਉਹਨਾਂ ਦੀ ਵੀਜ਼ਾ ਸਕਸੈਸ ਰੇਟ ਹੈ ਜਿਹੜੀ ਆਲਮੋਸਟ 100% ਹੈ, ਬਿਕੋਜ਼ ਉਹਨਾਂ ਦੇ ਨੰਬਰਸ ਕਰਕੇ, ਉਹਨਾਂ ਦੀ ਯੂਨੀਵਰਸਿਟੀ ਦੇ ਗ੍ਰੇਡ ਕਰਕੇ, ਅਤੇ ਉਹਨਾਂ ਦੀ ਇੱਕ ਪੜ੍ਹਾਈ ਦਾ ਜਿਹੜਾ ਤਰੀਕਾ, ਬਿਨਾਂ ਆਇਲਸ ਤੋਂ ਵੀ ਕਰ ਸਕਦਾ ਜੀ, ਬਿਨਾਂ ਆਇਲਸ ਤੋਂ ਹੀ ਗੱਲ ਕਰ ਰਿਹਾ ਕੋਈ ਚੀਜ਼, ਪਰ ਜਿਹੜੇ ਕੰਸਲਟੈਂਟ ਪ੍ਰਮੋਟ ਅੱਜ ਕੱਲ੍ਹ ਕਰ ਰਹੇ ਨੇ, ਉਹ +2 ਪੜ੍ਹੇ ਬੱਚੇ ਲਈ ਵੀ ਬਿਨਾਂ ਆਇਲਸ ਤੋਂ ਪ੍ਰਮੋਟ ਕਰ ਰਹੇ ਨੇ, ਉਹ ਇੱਕ ਬੱਚਿਆਂ ਨੂੰ ਇਕੱਠਾ ਕਰਨ ਦਾ ਜ਼ਰੀਆ ਹੈ, ਇੱਕ ਠੱਗਣ ਦਾ ਜ਼ਰੀਆ ਕਹਿ ਸਕਦੇ ਹੋ, ਪੈਕੇਜ ਵੇਚਣ ਦਾ ਜ਼ਰੀਆ ਹੈ। ਉਹਨਾਂ ਨਾਲ ਕੁਲਦੀਪ ਜੀ ਕੁਛ ਨਹੀਂ ਹੋਣਾ, ਆਫਰ ਲੈਟਰਸ ਇਸ਼ੂ ਹੋਣਗੀਆਂ, ਪ੍ਰਾਈਵੇਟ ਛੋਟੇ ਛੋਟੇ ਕਾਲਜਸ ਤੋਂ COE ਵੀ ਬੱਚਿਆਂ ਦੀ ਆਉਣਗੀਆਂ, ਪਰ ਐਟ ਦੀ ਐਂਡ ਬੱਚੇ ਨੂੰ ਮਿਲੂਗਾ ਕੀ? ਰਿਜੈਕਸ਼ਨ ਜੀ। ਜਦੋਂ ਇੱਕ ਵਾਰ ਕੁਲਦੀਪ ਜੀ ਬੱਚੇ ਦੀ ਰਿਜੈਕਸ਼ਨ ਆ ਜਾਂਦੀ, ਉਸ ਤੋਂ ਬਾਅਦ ਬੱਚੇ ਕੋਲ ਬਹੁਤ ਘੱਟ ਆਪਸ਼ਨਸ ਵੱਜਦੇ ਨੇ ਕਿਸੇ ਵੀ ਕੰਟਰੀ ਨੂੰ ਲੈ ਕੇ। ਉਹ ਬੱਚਾ ਜਾਂ ਤਾਂ ਫਿਰ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਜਾਣ ਦੀ ਕੋਸ਼ਿਸ਼ ਕਰੂਗਾ, ਉਹ 'ਚ 6 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ। ਕੈਨੇਡਾ ਬੱਚਿਆਂ ਦੀ ਪਹਿਲਾਂ ਬਹੁਤ ਜ਼ਿਆਦਾ ਰਿਜੈਕਸ਼ਨ ਰੇਟ ਦੇ ਰਿਹਾ, ਬਿਕੋਜ਼ ਜਿਹੜੇ ਬੱਚਿਆਂ ਨੇ ਆਇਲਸ ਕੀਤੀ ਨਹੀਂ ਉਹ ਤਾਂ ਐਲੀਜੀਬਲ ਹੀ ਨਹੀਂ ਹੈਗੇ ਕੈਨੇਡਾ ਦੇ ਲਈ ਜੀ, ਉਹ ਹੈਗੇ ਨੇ ਪਰ ਜਨਰਲ ਕੈਟਾਗਰੀ 'ਚ, ਜਿਨ੍ਹਾਂ ਬੱਚਿਆਂ ਦੇ 70 ਐਂਡ ਅਬਵ ਨੰਬਰਸ ਨੇ, ਉਹ 'ਚ ਕੁਲਦੀਪ ਜੀ ਪਹਿਲਾਂ ਬੱਚੇ ਰਿਜੈਕਸ਼ਨ ਲਵਾ ਚੁੱਕੇ ਨੇ, ਹੁਣ ਆਸਟ੍ਰੇਲੀਆ ਦੇ ਲਵਾ ਕੇ ਬੱਚੇ, ਉਸ ਤੋਂ ਬਾਅਦ ਫਿਰ ਇੱਕ ਚੰਗਾ ਬੱਚਾ ਵੀ ਜਿਹਦੇ 60% ਮਾਰਕ ਨੇ, 65% ਨੇ ਜੀ, ਉਹ ਵਿਦਆਊਟ ਆਇਲਸ ਅਪਲਾਈ ਕਰੂਗਾ, ਰਿਜੈਕਸ਼ਨ ਲਊਗਾ, ਉਹ ਸਿੰਗਾਪੁਰ ਸਾਈਪਰਸ ਜਾਊਗਾ ਬਾਅਦ 'ਚ ਆਪਦੇ ਗੈਪ ਕਵਰ ਕਰਨ ਦੇ ਤਰੀਕੇ 'ਚ। ਜਿਹੜੀ ਇੱਕ ਵਿਦਆਊਟ ਆਇਲਸ ਆਸਟ੍ਰੇਲੀਆ ਦੀ ਐਡ ਹੈ, ਉਹ ਉਹੀ ਕੰਸਲਟੈਂਟ ਮੈਕਸੀਮਮ ਦੇ ਰਹੇ ਨੇ ਜਿਹੜੇ ਅੱਜ ਤੋਂ 2-4 ਮਹੀਨੇ ਪਹਿਲਾਂ, ਜਾਂ ਮੈਂ ਕਹੂੰਗਾ 2-4 ਸਾਲ ਪਹਿਲਾਂ, ਸਿੰਗਾਪੁਰ ਅਤੇ ਸਾਈਪਰਸ ਜਾਂ ਹੋਰ ਕਈ ਛੋਟੀ ਕੰਟਰੀ ਨੂੰ ਪ੍ਰਮੋਟ ਕਰਦੇ ਸੀ, ਉਹ ਕੰਸਲਟੈਂਟ ਇਸ ਕਰਕੇ ਐਡ ਦੇ ਰਹੇ ਨੇ, ਪਹਿਲਾਂ ਬੱਚਿਆਂ ਦੀ ਰਿਜੈਕਸ਼ਨ ਆਊਗੀ, ਉਸ ਤੋਂ ਬਾਅਦ ਬੱਚਿਆਂ ਨੂੰ ਸਿੰਗਾਪੁਰ ਸਾਈਪਰਸ 'ਚ ਮੋਲਡ ਕਰ ਦਿੱਤੇ ਜਾਣਗੇ ਜੀ। ਇਸ ਲਈ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਖਾਸ ਧਿਆਨ ਰੱਖਣ ਵਾਲੀ ਗੱਲ ਹੈ, ਵਿਦਆਊਟ ਆਇਲਸ ਆਸਟ੍ਰੇਲੀਆ ਕਦੇ ਨਹੀਂ ਹੋਇਆ ਸੀ +2 ਪਾਸ ਸਟੂਡੈਂਟ ਲਈ, ਨਾ ਹੀ ਕਦੇ ਹੋਏਗਾ ਜੀ। ਸੋ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ, ਉਹ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਸਕਦੇ ਨੇ। ਕੋਈ ਵੀ ਪੁਆਇੰਟ, ਕੋਈ ਵੀ ਚੀਜ਼ ਤੁਹਾਡੇ ਜ਼ਿਹਨ 'ਚ ਆਉਂਦੀ, ਉਹਨੂੰ ਨੋਟ ਕਰਕੇ ਰੱਖ ਸਕਦੇ ਹੋ, ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਂਝੀਆਂ ਕਰ ਸਕਦੇ ਹੋ, ਉਹਨਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਸੋ ਆਸਟ੍ਰੇਲੀਆ ਜਿਹੜਾ ਬੱਚਾ ਹੁਣ ਫਰਵਰੀ ਦੇ ਲਈ ਅਪਲਾਈ ਕਰੇਗਾ, ਕਿਸ ਤਰ੍ਹਾਂ ਦੀਆਂ ਸੀਟਸ ਨੇ ਜਾਂ ਲੋਕੇਸ਼ਨਸ ਨੂੰ ਜੇਕਰ ਗੱਲ ਕਰੀਏ, ਬੱਚਾ ਅੱਜ ਲੋਕੇਸ਼ਨ ਨੂੰ ਪ੍ਰੈਫਰ ਕਰਦਾ ਕਿ ਮੈਂ ਉੱਥੇ ਜਾਣਾ ਜਿੱਥੇ ਮੇਰਾ ਕੋਈ ਰਿਸ਼ਤੇਦਾਰ ਰਹਿੰਦਾ ਜਾਂ ਕੋਈ ਮੇਰਾ ਦੋਸਤ ਰਹਿੰਦਾ, ਪਰ ਕਿਸ ਤਰ੍ਹਾਂ ਦੇ ਕੋਰਸਿਸ ਨੇ ਜਿਹੜੀਆਂ ਖਾਸ ਲੋਕੇਸ਼ਨ ਦੇ ਲਈ ਸੂਟੇਬਲ ਰਹਿੰਦੇ ਨੇ, ਜਾਂ ਬੱਚੇ ਨੂੰ ਕਿਵੇਂ ਇੱਕ ਲੋਕੇਸ਼ਨ ਨੂੰ ਜਿਹੜਾ ਧਿਆਨ 'ਚ ਰੱਖ ਕੇ ਚੋਣ ਕਰਨੀ ਚਾਹੀਦੀ? ਜਿਹੜਾ ਹੁਣ ਤੱਕ ਬੱਚਿਆਂ ਨੇ ਗੱਲ ਸੁਣੀ ਹੈ, ਬੱਚਿਆਂ ਨੂੰ ਇੱਕ ਗੱਲ ਪਤਾ ਹੈ ਕਿ ਅਕਾਊਂਟੈਂਸੀ ਦੇ ਵਿੱਚ ਜੇ ਬੰਦਾ ਜਾਂਦਾ ਤਾਂ ਉਹਦੀ PR ਥੋੜ੍ਹੀ ਸਖਾਲੀ ਹੋ ਜਾਂਦੀ ਹੈ ਆਮ ਕੈਟਾਗਰੀ ਦੇ ਨਾਲੋਂ, ਬਿਕੋਜ਼ ਆਇਲਸ ਦੇ ਲੈਸ ਸਕੋਰ ਚਾਹੀਦੇ ਨੇ, ਕੈਟਾਗਰੀ ਗੁੱਡ 'ਚ ਆਉਂਦੀ ਹੈ ਅਕਾਊਂਟੈਂਸੀ। ਉਸ ਤੋਂ ਇਲਾਵਾ ਬੱਚਿਆਂ ਨੇ ਸੁਣਿਆ ਹੈ ਆਟੋਮੋਟਿਵ ਇੰਜੀਨੀਅਰਿੰਗ, ਲਾਈਟ ਮੋਟਰ ਵਹੀਕਲ ਇੰਜੀਨੀਅਰਿੰਗ ਹੋ ਗਈ, ਡੀਜ਼ਲ ਮਕੈਨਿਕ ਇੰਜੀਨੀਅਰਿੰਗ ਹੋ ਗਈ। ਇਹਦੇ ਵਿੱਚ ਕੀ ਆ, ਬੱਚੇ ਨੂੰ 5
ਬੱਚੇ ਇਹੀ ਦੋ ਕੋਰਸ ਨੂੰ ਲੈ ਕੇ ਆ ਰਹੇ ਨੇ, ਇਹੀ ਬੱਚਿਆਂ ਦੀ ਰਿਸਰਚ ਹੈ, ਇਸ ਤੋਂ ਬਾਅਦ ਬੱਚਿਆਂ ਨੇ ਕੁਛ ਰਿਸਰਚ ਨਹੀਂ ਕੀਤਾ। ਹੁਣ ਬੱਚਾ ਇਹ ਨਹੀਂ ਸੋਚ ਰਿਹਾ ਕਿ ਜਦੋਂ ਪਹਿਲਾਂ ਜਿਹੜੇ ਗਏ ਸੀ ਉਹਨਾਂ ਦੇ ਕੋਈ ਬ੍ਰਦਰ ਗਿਆ, ਕਿਸੇ ਦੀ ਸਿਸਟਰ ਗਈ ਹੈ, ਕੋਈ ਵੀ ਕਿਸੇ ਦਾ ਰਿਸ਼ਤੇਦਾਰ ਗਿਆ ਹੋਇਆ, ਉਹ ਉਦੋਂ ਇਹਨਾਂ 'ਚ ਪੱਕੇ ਹੋ ਗਏ। ਪਰ ਬੱਚੇ ਹੁਣ ਦੇਖਣਗੇ ਹੁਣ ਕਿਹੜੀ ਸਟੱਡੀ ਉਹਨਾਂ ਨੂੰ ਰੈਲੇਵੈਂਟ ਹੈ। ਬੱਚਾ ਆਰਟਸ ਕਰਕੇ ਆ ਰਿਹਾ, ਉਹ ਬੱਚਾ ਵੀ ਆਟੋਮੋਟਿਵ ਵੱਲ ਜਾ ਰਿਹਾ। ਬੱਚਾ ਆਰਟਸ ਕਰਕੇ ਆ ਰਿਹਾ ਜਾਂ ਬੱਚਾ ਜਿਹੜਾ ਨੋਨ ਮੈਡੀਕਲ ਹੈ ਉਹ ਜਾ ਰਿਹਾ ਕਿ ਮੈਨੂੰ ਉਹ 'ਚ ਬਿਜ਼ਨਸ ਸਟੱਡੀ 'ਚ ਕਰ ਦਿਉ। ਮਤਲਬ ਬੱਚੇ ਆਪਦੀ ਸਟੱਡੀ ਦੇ ਅਕੋਰਡਿੰਗ ਇਹ ਨਹੀਂ ਦੇਖ ਰਹੇ ਮੈਨੂੰ ਕਿਹੜਾ ਕੋਰਸ ਮਿਲਣਾ। ਬੱਚੇ ਸਿਰਫ ਪੀ ਆਰ ਵਾਲੇ ਕੋਰਸ ਦੇਖ ਰਹੇ ਨੇ, ਉਹ ਵੀ ਪੁਰਾਣੇ ਜਿਹੜੇ ਲੋਕ ਗਏ ਹੋਏ ਨੇ ਉਹਨਾਂ ਨੂੰ ਪੁੱਛ ਕੇ। ਕੰਸਲਟੈਂਟ ਜਿਹੜਾ ਆਪਣੇ ਕੋਲੋਂ ਦੇ ਰਹੇ ਨੇ, ਕੰਸਲਟੈਂਟਸ ਕੋਲੋਂ ਮੈਕਸੀਮਮ ਤੋਂ ਮੈਕਸੀਮਮ ਕੋਰਸ ਨੇ ਜਿਹੜੇ ਹੋਸਪਿਟੈਲਿਟੀ, ਹੋਟਲ, ਬਿਜ਼ਨਸ, ਸਿਰਫ 3 ਕੋਰਸ ਨੇ। ਇਸ ਤੋਂ ਇਲਾਵਾ ਕੋਈ ਪ੍ਰਮੋਟ ਹੀ ਨਹੀਂ ਕਰ ਰਿਹਾ। ਬੱਚਿਆਂ ਨੂੰ ਸੋਸ਼ਲ ਮੀਡੀਆ ਮਾਰਕੀਟਿੰਗ ਦਾ ਕੋਰਸ ਹੈ ਜਿਹੜਾ ਲੀਡਿੰਗ ਟੂ ਅੱਗੇ ਇੰਟਰਨੈਸ਼ਨਲ ਇੰਟਰਨੈਟ ਮਾਰਕੀਟਿੰਗ ਦੇ ਵਿੱਚ, ਜਾਂ ਐਮ ਬੀ ਏ ਗਲੋਬਲ ਦੇ ਵਿੱਚ ਡਿਪਲੋਮਾ ਲੀਡਿੰਗ ਟੂ ਡਿਗਰੀ ਜਾਂਦਾ ਬੱਚਾ। ਜਿਹੜਾ ਬੱਚਾ ਅੱਜ ਦੀ ਡੇਟ ਸੋਸ਼ਲ ਮੀਡੀਆ ਵਰਗੇ ਕੋਰਸ ਕਰਦਾ, ਉਹ ਬੱਚੇ ਦਾ ਫਿਊਚਰ ਆਪਾਂ ਨੂੰ ਪਤਾ ਕਿ ਸੋਸ਼ਲ ਮੀਡੀਆ ਕਿੰਨਾ ਐਕਟਿਵ ਹੋ ਰਿਹਾ, ਦਿਨੋਂ ਦਿਨ ਗਰੋ ਕਰ ਰਿਹਾ ਸੋਸ਼ਲ ਮੀਡੀਆ, ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਿਹਾ। ਬੱਚਾ ਇਸ ਤਰ੍ਹਾਂ ਦੇ ਕੋਰਸ ਚੂਜ਼ ਕਰੇ ਜਿਸ 'ਚ ਉਹਨੂੰ ਗਰੋ ਅੱਗੇ ਵਧੀਆ ਹੋਏ। ਬੱਚਾ ਇਹ ਨਾ ਸੋਚੇ ਕਿ ਹੁਣ ਤੋਂ ਪੀ ਆਰ ਸੋਚ ਕੇ ਚੱਲੇ ਬੱਚਾ, ਇਹ ਨਹੀਂ ਕਿ ਪੀ ਆਰ ਨਾ ਸੋਚ ਕੇ ਚੱਲੇ, ਪਰ ਇੱਕ ਤਰੀਕੇ ਸਿਰ ਸੋਚ ਕੇ ਚੱਲੇ, ਆਪਦੇ ਸਬਜੈਕਟ ਦੇ ਅਕੋਰਡਿੰਗ ਸੋਚ ਕੇ ਚੱਲੇ। ਏਜੰਟਸ ਕੀ ਕਰ ਰਹੇ ਨੇ, ਪੈਕੇਜ ਕਰ ਰਹੇ ਨੇ। ਪੈਕੇਜ ਦੇ ਵਿੱਚ ਕੀ ਹੈ ਕਿ ਕਾਲਜ ਸਾਡੀ ਮਰਜ਼ੀ ਦਾ, ਕੋਰਸ ਸਾਡੀ ਮਰਜ਼ੀ ਦਾ, ਫੀਸ ਸਾਡੀ ਮਰਜ਼ੀ, ਸਭ ਕੁਝ ਸਾਡੀ ਮਰਜ਼ੀ ਦਾ। ਉਹ 'ਚ ਬੱਚੇ ਰਿਸਰਚ ਦਾ ਧਿਆਨ ਹੀ ਨਹੀਂ ਕੀਤਾ ਜਾ ਰਿਹਾ। ਪਰ ਕੁਲਦੀਪ, ਜਿਹੜਾ ਅਸੀਂ ਪੈਕੇਜ ਕਰ ਰਹੇ ਹਾਂ ਬੱਚੇ ਦਾ, ਕੋਈ ਜ਼ਿਆਦਾ ਪੈਕੇਜ ਨਹੀਂ ਕਰ ਰਿਹਾ ਕਿ 15 ਲੱਖ ਦਾ ਜਾਂ 25 ਲੱਖ ਦਾ ਪੈਕੇਜ ਹੈ, ਬਹੁਤ ਘੱਟ ਪੈਸੇ ਲੈ ਰਹੇ ਹਾਂ ਬੱਚੇ ਤੋਂ। ਸਟਾਰਟਿੰਗ 'ਚ ਬੱਚੇ ਤੁਸੀਂ ਕੋਈ ਫੀਸ ਨਹੀਂ ਲੈ ਰਹੇ, ਬੱਚੇ ਨੇ ਸਿਰਫ ਅੰਬੈਸੀ ਫੀਸ ਜ਼ਰੂਰ ਦੇਣੀ ਹੈ ਬੱਚੇ ਨੇ ਜੀ। ਉਹਦੇ 'ਚ ਕੁਲਦੀਪ ਜੀ ਕੀ ਹੈ, ਬੱਚੇ ਤੋਂ ਕੋਰਸ ਬੱਚੇ ਦੀ ਮਰਜ਼ੀ ਦਾ ਜਾਊਗਾ, ਪਰ ਹਾਂ ਉਹ ਰੈਲੇਵੈਂਟ ਹੋਏ। ਬੱਚੇ ਨੂੰ ਲੋਕੇਸ਼ਨ ਜਿਹੜੀਆਂ ਬ੍ਰਿਸਬੇਨ ਹੈ, ਐਡੀਲੇਡ ਹੈ, ਪਰਥ ਹੈ, ਮੈਲਬਰਨ ਹੈ, ਕੋਈ ਵੀ ਲੋਕੇਸ਼ਨ ਜਿਹੜੀ ਬੱਚਾ ਜਿੱਥੇ ਵੀ ਚਾਹੁੰਦਾ ਉਹ ਲੋਕੇਸ਼ਨ ਬੱਚੇ ਨੂੰ, ਜਿਹੜੀ ਪ੍ਰੈਫਰਡ ਲੋਕੇਸ਼ਨ ਹੈ ਬੱਚੇ ਦੀ, ਉਹ ਅਸੀਂ ਬੱਚੇ ਨੂੰ ਦੇ ਰਹੇ ਹਾਂ। ਕੁਲਦੀਪ ਜੀ, ਜਿਹੜਾ ਬੱਚਾ ਲੋਕੇਸ਼ਨਸ ਦੀ ਤੁਸੀਂ ਗੱਲ ਕੀਤੀ ਹੈ ਕਿ ਬੱਚਾ ਲੋਕੇਸ਼ਨਸ ਦੇ ਨਾਲ ਨਾਲ ਕੋਰਸਿਸ ਨੂੰ ਕਿਵੇਂ ਚੂਜ਼ ਕਰੇ, ਜਿਹੜੇ ਬੱਚੇ ਨੇ ਬ੍ਰਿਸਬੇਨ ਜਾਣਾ ਉਹ ਬੱਚੇ ਨੂੰ ਮੈਂ ਆਟੋਮੋਟਿਵ ਇੰਜੀਨੀਅਰਿੰਗ ਦੀ ਸਲਾਹ ਦਊਂਗਾ, ਕਿਉਂਕਿ ਬ੍ਰਿਸਬੇਨ ਦੇ ਵਿੱਚ ਜਿਹੜੀ ਮੇਨ ਇੰਡਸਟਰੀ ਆ ਉਹ ਬ੍ਰਿਸਬੇਨ 'ਚ ਸੀ। ਹਾਲਾਂਕਿ ਹੌਲੀ ਹੌਲੀ ਆਸਟ੍ਰੇਲੀਆ ਤੋਂ ਬਹੁਤ ਇੰਡਸਟਰੀ ਘਟੀ ਵੀ ਹੈ, ਪਰ ਬ੍ਰਿਸਬੇਨ ਹਾਲੇ ਵੀ ਆਟੋਮੋਟਿਵ ਇੰਜੀਨੀਅਰਿੰਗ ਦਾ ਹੱਬ ਮੰਨਿਆ ਜਾਂਦਾ। ਉਸ ਤੋਂ ਇਲਾਵਾ ਸਿਡਨੀ ਹੈ ਬੱਚੇ ਕੋਲ, ਉੱਥੇ ਬੱਚਾ ਏ ਵੀ ਐਲ ਸੀ ਕਾਲਜ ਹੈਗਾ ਸਾਡੇ ਕੋਲ, ਉੱਥੇ ਬੱਚਾ ਬਿਜ਼ਨਸ ਸਟੱਡੀ ਕਰ ਸਕਦਾ, ਸੋਸ਼ਲ ਮੀਡੀਆ ਮਾਰਕੀਟਿੰਗ ਸਟੱਡੀ ਕਰ ਸਕਦਾ। ਜੇ ਆਪਾਂ ਇਸ ਤੋਂ ਇਲਾਵਾ ਐਡੀਲੇਡ ਚੱਲੀਏ, ਐਡੀਲੇਡ 'ਚ ਵੀ ਬਿਜ਼ਨਸ ਸਟੱਡੀ ਦਾ ਵਧੀਆ ਸਕੋਪ ਹੈ, ਅਕਾਊਂਟੈਂਸੀ ਦਾ ਵਧੀਆ ਸਕੋਪ ਹੈ, ਅਲੱਗ ਅਲੱਗ ਪ੍ਰੋਵਿੰਸ ਦੇ ਵਿੱਚ ਅਲੱਗ ਅਲੱਗ ਸਕੋਪ ਹੈ ਕੋਰਸਿਸ ਦਾ। ਬੱਚਾ ਮੇਨਲੀ ਇਹ ਦੇਖੇ ਕਿ ਬੱਚੇ ਦੀ ਸਟੱਡੀ ਦੇ ਰੈਲੇਵੈਂਟ ਕਿਹੜਾ ਕੋਰਸ ਕਿੱਥੇ ਸ਼ੂਟ ਕਰ ਰਿਹਾ। ਬੱਚਾ ਇੱਕ ਵਾਰੀ ਲੋਕੇਸ਼ਨ ਨਾਲ ਜਾਂ ਬੱਚੇ ਨੂੰ ਕਾਲਜ ਨਾਲ ਜੇ ਕੋਈ ਕਰਨਾ ਪੈਂਦਾ ਕਿ ਕੰਪਰੋਮਾਈਜ਼ ਕਰਨਾ ਪੈਂਦਾ ਤਾਂ ਬੱਚਾ ਕਰੇ, ਪਰ ਬੱਚਾ ਇਹ ਸੋਚ ਕੇ ਜਾਏ ਕਿ ਕੱਲ੍ਹ ਨੂੰ ਮੇਰਾ ਅੱਗੇ ਵਰਕ ਪਰਮਿਟ ਨੂੰ ਲੈ ਕੇ, ਮੇਰੇ ਟੀ ਆਰ ਪੀ ਆਰ ਨੂੰ ਲੈ ਕੇ ਮੈਨੂੰ ਸਿਖਾਲਾ ਰਹੇ। ਕਾਫੀ ਬੱਚੇ ਜਿਹੜੇ ਵੀਕ ਪ੍ਰੋਫਾਈਲ ਦੇ ਨੇ, ਜਿਨ੍ਹਾਂ ਦਾ ਆਇਲਸ ਸਕੋਰ ਚੰਗਾ ਆ ਗਿਆ, 6.5 ਬੈਂਡ ਲੈ ਲਏ, ਪਰ ਪਰਸੈਂਟੇਜ ਘੱਟ ਸੀ ਜਾਂ ਇੱਕ ਸਬਜੈਕਟ ਵਿੱਚੋਂ ਪਰਸੈਂਟੇਜ ਘੱਟ ਸੀ। ਦੂਜੇ ਪਾਸੇ ਬੱਚੇ ਦੀ ਪਰਸੈਂਟੇਜ ਚੰਗੀ ਹੈ, ਬੈਂਡਸ ਵੀ 6 ਜਾਂ 6.5 ਨੇ, ਪਰ ਇੱਕ ਵਿੱਚੋਂ 5 ਜਾਂ 4.5 ਜਿਹੜੇ 4.5 ਬੈਂਡ ਰਹਿ ਗਏ ਨੇ ਬੱਚੇ ਦੇ, ਉਹ ਬੱਚਾ ਆਸਟ੍ਰੇਲੀਆ ਦੇ ਵਿੱਚ ਕਿਵੇਂ ਅਪਲਾਈ ਕਰ ਸਕੇਗਾ। ਜਿਹੜੇ ਬੱਚੇ ਦੇ ਕੁਲਦੀਪ ਜੀ 6 ਬੈਂਡ ਨੇ ਜਾਂ 6.5 ਬੈਂਡ ਨੇ, ਪਰ ਉਹਦੇ ਜਿਹੜੇ ਸਬਜੈਕਟ 'ਚ ਨੰਬਰ ਘੱਟ ਨੇ, ਜੇ ਤਾਂ ਓਵਰਆਲ 50% ਬੱਚੇ ਦੇ ਨੰਬਰ ਹੈਗੇ ਨੇ ਮੇਨ ਸਬਜੈਕਟ 'ਚ 50 ਤੋਂ ਅਬਵ ਨੇ, ਉਹ ਬੱਚਾ ਅਪਲਾਈ ਕਰ ਸਕਦਾ ਬੱਚੇ ਦੀ ਰੀਸੈਂਟ ਪਲੱਸ 2 ਹੈ ਤਾਂ। ਜੇ ਬੱਚੇ ਦੀ ਪਲੱਸ 2 ਰੀਸੈਂਟ ਹੈ ਪਰ ਉਹਦੇ ਜਿਹੜੇ ਨੰਬਰ ਨੇ ਉਹ 49% ਜਾਂ 48% ਥੋੜ੍ਹੇ ਘੱਟ ਨੇ ਨੰਬਰ, ਉਹ ਬੱਚੇ ਨੂੰ ਮੈਂ ਇਹ ਸਲਾਹ ਦੂੰਗਾ ਉਹ ਤੁਸੀਂ ਪਲੱਸ 2 ਦੁਬਾਰਾ ਕਰੋ। ਤੁਹਾਡਾ ਕੋਈ ਗੈਪ ਨਹੀਂ ਕੰਸੀਡਰ ਹੋਊਗਾ, ਤੁਹਾਡੀ ਪਲੱਸ 2 ਦੁਬਾਰਾ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਊਗੀ, ਤੁਸੀਂ ਦੁਬਾਰਾ ਆਪਣੇ ਆਪ ਨੂੰ ਇੰਪਰੂਵ ਕਰਕੇ ਫਿਰ ਅਪਲਾਈ ਕਰ ਸਕਦੇ ਹੋ ਜੀ। ਇਸ ਤੋਂ ਇਲਾਵਾ ਗੱਲ ਆਪਣੀ ਹੋਈ ਸੀ ਕਿ ਜਿਹੜੇ ਬੱਚੇ ਦੇ 6.5 ਬੈਂਡ ਨੇ ਜਾਂ 6 ਬੈਂਡ ਨੇ ਜਾਂ ਇੱਕ ਮੋਡਿਊਲ 'ਚ 4.5 ਜਾਂ 5 ਬੈਂਡ ਰਹਿ ਗਏ ਨੇ, ਉਹ ਬੱਚੇ ਨੂੰ ਕੁਲਦੀਪ ਜੀ ਐਲੀਕੋਸ ਲੱਗੂਗਾ। ਐਲੀਕੋਸ 'ਚ ਬੱਚਾ ਜਾਊਗਾ, ਉਹਨੂੰ 2 ਹਫ਼ਤੇ 3 ਹਫ਼ਤੇ ਦਾ ਅਕੋਰਡਿੰਗ ਟੂ ਕਾਲਜ ਨੂੰ ਜਿਵੇਂ ਵਧੀਆ ਲੱਗੂਗਾ ਉਸ ਤਰੀਕੇ ਦਾ ਐਲੀਕੋਸ ਆਊਗਾ। ਐਲੀਕੋਸ ਦੀ ਜਿਹੜੀ ਫੀਸ ਆ 1 ਲੱਖ ਤੋਂ 2 ਲੱਖ ਜ਼ਿਆਦਾ ਹੋ ਜਾਂਦੀ ਹੈ ਬੱਚੇ ਦੀ। ਬੱਚੇ ਨੂੰ ਜਾ ਕੇ ਪਹਿਲਾਂ ਇਹ ਗੱਲ ਮੇਨ ਧਿਆਨ 'ਚ ਰੱਖਣੀ ਹੈ ਕਿ ਐਲੀਕੋਸ ਪਹਿਲਾਂ ਕਲੀਅਰ ਕਰਨਾ ਪਊਗਾ, ਬੱਚਾ ਤਾਂ ਮੇਨ ਕੋਰਸ 'ਚ ਜਾ ਸਕਦਾ। ਇਹ ਨਹੀਂ ਕਿ ਬੱਚਾ ਸੋਚੇ ਕਿ ਮੈਂ ਐਲੀਕੋਸ ਜਾ ਰਿਹਾ ਅਤੇ ਮੇਰਾ ਐਡਮਿਸ਼ਨ ਹੋ ਗਿਆ ਅਤੇ ਮੈਂ ਆਸਟ੍ਰੇਲੀਆ ਪੱਕਾ ਹੋ ਗਿਆ। ਪਹਿਲਾਂ ਬੱਚਾ ਜਾਊਗਾ ਐਲੀਕੋਸ ਕਰੂਗਾ, ਕਲੀਅਰ ਕਰੂਗਾ ਤਾਂ ਮੇਨ ਕੋਰਸ ਜਾਊਗਾ, ਬਸ਼ਰਤੇ ਜਿਹੜੇ ਬੱਚੇ ਦਾ ਐਲੀਕੋਰਸ ਕਲੀਅਰ ਨਹੀਂ ਹੋਊਗਾ ਹੋ ਸਕਦਾ ਉਹਨੂੰ ਇੰਡੀਆ ਵਾਪਸ ਵੀ ਆਉਣਾ ਪੈ ਜੇ ਜੀ। ਸੋ ਐਲੀਕੋਰਸ ਨੂੰ ਲੈ ਕੇ ਵੀ ਕਾਫੀ ਜਿਹੜੇ ਬੱਚੇ ਕਨਫਿਊਜ਼ ਰਹਿੰਦੇ ਨੇ, ਕੁਝ ਬੱਚੇ ਕਹਿੰਦੇ ਨੇ ਅਸੀਂ ਐਲੀਕੋਰਸ ਦੇ ਨਾਲ ਚਲੇ ਜਾਣਾ ਚਾਹੁੰਦੇ ਹਾਂ, ਫਰਸਟ੍ਰੇਟ ਨੇ ਵੀ ਕਿਸੇ ਵੀ ਤਰੀਕੇ ਚਲੇ ਜਾਈਏ। ਇੱਕ ਬੱਚਾ ਐਲੀਕੋਰਸ ਦੇ ਨਾਲ ਜਾਣਾ ਨਹੀਂ ਚਾਹ ਰਿਹਾ, ਉਹ ਕਹਿੰਦਾ ਮੈਂ ਵਾਰ ਵਾਰ ਆਇਲਸ ਕਰ ਲਵਾਂ, ਤੁਸੀਂ ਬੱਚਿਆਂ ਨੂੰ ਕੀ ਸੁਜੈਸਟ ਕਰਨਾ ਚਾਹੁੰਦੇ ਹੋ, ਜਾਂ ਕਿਹੜਾ ਬੱਚਾ ਜਿਹੜਾ ਐਲੀਕੋਰਸ ਦੇ ਨਾਲ ਜਾਵੇ ਅਤੇ ਕਿਹੜਾ ਬੱਚਾ ਜਿਹਨੂੰ ਇੱਥੇ ਹੀ ਆਇਲਸ ਦੀ ਟਰਾਈ ਕਰਨੀ ਚਾਹੀਦੀ। ਕੁਲਦੀਪ ਜੀ, ਜਿਹੜੇ ਬੱਚੇ ਦੇ 6 ਬੈਂਡ ਨੇ, ਓਵਰਆਲ 6 ਬੈਂਡ ਆ ਗਏ ਬੱਚੇ ਦੇ, ਇੱਕ ਮੋਡਿਊਲ 'ਚੋਂ 4.5 ਰਹਿ ਗਏ, ਕਿਉਂਕਿ 5
ਸੋ ਸਮਾਂ ਜਿਹੜਾ ਖਤਮ ਹੋ ਗਿਆ, ਉਸ ਕਰਕੇ ਜਿਹੜੀ ਚਰਚਾ ਨੂੰ ਅੱਗੇ ਨਹੀਂ ਵਧਾ ਸਕਾਂਗੇ। ਸ਼ੁਕਰੀਆ ਧੰਨਵਾਦ ਸਰ ਸ਼ੋਅ ਦੇ ਵਿੱਚ। ਧੰਨਵਾਦ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਸ਼ੋਅ ਦੇ ਨਾਲ ਲਗਾਤਾਰ ਜੁੜੇ ਰਹਿੰਦੇ ਨੇ। ਕੋਈ ਵੀ ਸਵਾਲ ਤੁਹਾਡੇ ਜ਼ਿਹਨ 'ਚ ਰਹਿ ਗਿਆ, ਕੋਈ ਵੀ ਚੀਜ਼ ਜਾਣਨਾ ਚਾਹੁੰਦੇ ਹੋ, ਐਜੂਕੇਸ਼ਨ ਅਬਰੋਡ ਦਾ ਨੰਬਰ ਫਲੈਸ਼ ਕੀਤਾ ਜਾ ਰਿਹਾ, ਉਸ ਨੰਬਰ 'ਤੇ ਕਾਲ ਕਰ ਸਕਦੇ ਹੋ। ਨੰਬਰ ਨਹੀਂ ਲੱਗਦਾ, ਮੈਸੇਜ ਛੱਡਿਆ ਜਾ ਸਕਦਾ। ਪਰਸਨਲੀ ਵਿਜ਼ਿਟ ਕਰ ਸਕਦੇ ਹੋ ਮੋਹਾਲੀ 70 ਸੈਕਟਰ, ਐਜੂਕੇਸ਼ਨ ਅਬਰੋਡ ਦੇ ਆਫਿਸ ਆ ਕੇ ਤੁਸੀਂ ਅਸੈਸਮੈਂਟ ਕਰਾ ਸਕਦੇ ਹੋ, ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਮੈਨੂੰ ਯਾਨੀ ਆਪਣੇ ਦੋਸਤ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ।